ਉਹ ਕੰਜਰਾਂ ਦੀ ਗੱਲ ਕਰਨੀ ਆ ਭਾਈ ਅੱਗੇ ਕਦੇ ਨਹੀਂ ਮੈਂ ਕਿਸੇ ਨੂੰ ਕਿਹਾ ਵੀ ਵੀਡੀਓ ਪੂਰੀ ਦੇਖਿਓ ਪਰ ਆਹ ਵੀਡੀਓ ਜ਼ਰੂਰ ਸੁਣ ਲਿਓ ਕੱਲੇ-ਕੱਲੇ ਨੂੰ ਸੁਣਨੀ ਜ਼ਰੂਰੀ ਆ ਇਹ ਵੀਡੀਓ ਕੋਈ ਹੁਕਮ ਨਹੀਂ ਹੈਗਾ ਬੇਨਤੀ ਆ ਇਹ ਤੇ ਇਹਨਾਂ ਦੀ ਅਕਾਤ ਤੁਹਾਨੂੰ ਦੱਸਦੇ ਆ ਵੀ ਕੀ ਆ ਅਸਲ ਦੇ ਵਿੱਚ ਕਹਾਣੀ ਇਹ ਆ ਇਹਨਾਂ ਦੀਆਂ ਆਉਣੀਆਂ ਨੇ ਫਿਲਮਾਂ ਫਿਲਮਾਂ ਆਉਣੀਆਂ ਨੇ ਇਹਨੂੰ ਤਾਂ ਕੋਈ ਆਹ ਬੱਕਰੀ ਜੇ ਮੂੰਹ ਵਾਲੇ ਨੂੰ ਇਹਨੂੰ ਤਾਂ ਕੋਈ ਜਾਣਦਾ ਹੀ ਨਹੀਂ ਹੈ ਇਹਦੇ ਗੱਲ ਇਹ ਹੁੰਦੀ ਆ ਵੀ 10 ਗੀਤ ਗਾ ਦੋ 15 ਗੀਤ ਗਾ ਦੋ ਲੁੱਚੇ ਇੱਕ ਗੀਤ ਗਾ ਦੋ ਧਾਰਮਿਕ ਜਾਂ ਲੋਕਾਂ ਨੂੰ ਮਤਲਬ इमोशनल ਗੀਤ ਹੁੰਦਾ ਕੋਈ ਐਦਾਂ ਦਾ ਗਾ ਦੋ ਧੀਆਂ ਆਲਾ ਗਾਤਾ ਗੁਰੂਆਂ ਆਲਾ ਗਾਤਾ ਸਿੰਘਾਂ ਆਲਾ ਗਾਤਾ ਖੜਕੂਆਂ ਆਲਾ ਗਾਤਾ ਜਾਂ ਐਦਾਂ ਦੀ ਕੋਈ ਰਿਲੇਟਡ ਚੀਜ਼ ਹੋ ਗਈ ਜਾਂ ਜੱਟਾਂ ਵਾਲੀ ਗਾਤੀ ਹੈ ਨਾ ਜੱਟਾਂ ਦਾ ਮਤਲਬ ਕਿਸਾਨਾਂ ਦੀ ਖੇਤੀਬਾੜੀ ਵਾਲਾ ਸੰਬੰਧਤ ਇਨਾਂ ਦਾ ਭਾਈ ਇਹ ਬਿਜ਼ਨਸ ਆ ਤੁਸੀਂ ਇਹਨਾਂ ਨੂੰ ਹੀਰੋ ਨਾ ਬਣਾਇਆ ਕਰੋ ਵੀ ਹਾਂ ਇਹ ਰੋਲ ਮਾਡਲ ਨੇ ਫਲਾਨਾ ਧਮਕਾ ਜੇ ਬੋ ਇਹਨਾਂ ਦਾ ਬਿਜ਼ਨਸ ਆ ਇਹਨਾਂ ਨੇ ਆਪਣਾ ਬਿਜ਼ਨਸ ਚਲਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਕਾਰਨ ਕੀ ਬਣਦਾਗਾ ਹੁਣ ਫਿਲਮ ਆਉਣੀਆਂ ਫਿਲਮਾਂ ਆਉਣੀਆਂ ਨੇ ਕਈ ਆਉਣੀਆਂ ਨੇ ਇਹ ਨੂੰ ਤਾਂ ਕੋਈ ਜਾਣਦਾ ਨਹੀਂ ਹੈ ਇਹ ਕਿਸੀਆਂ ਕਰਾਇਆ ਕਈ 25 25 30 ਸਾਲ ਹੋ ਗਏ ਇਹਨੂੰ ਲੱਗੇ ਹੋਏ ਨੂੰ ਉਧਰ ਹਾਲੀਵੁੱਡ ਚ ਵੀ ਇਹ ਹੱਥ ਪੱਲੇ ਜੇ ਮਾਰਨ ਨੂੰ ਫਿਰਦਾ ਸੀਗਾ ਜਾਂ ਕਿਵੇਂ ਵੀ ਲਾ ਲੂ ਹੈ ਨਾ ਉਧਰ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਕੈਨੇਡਾ ਚ ਅਮਰੀਕਾ ਚ ਇਹਦੀਆਂ ਉਥੇ ਕੀਸੀਆਂ ਹੋ ਗਈਆਂ ਕੀਸੀਆਂ ਘੂਸੀਆਂ ਕਰਕੇ ਜਦੋਂ ਇਹਦਾ ਕੋਈ ਕੰਮ ਚੱਲਿਆ ਨਹੀਂ ਨਾ ਸਿਰੇ ਚੜ੍ਹਿਆ ਫਿਰ ਇਹ ਹੱਥ ਥੱਕ ਹਾਰ ਕੇ ਪੰਜਾਬ ਮੁੜਿਆ ਆ ਪੰਜਾਬ ਮੁੜ ਕੇ ਆ ਕੇ ਇਹ ਆਪਦਾ ਸਿਆਣਾ ਦਿਮਾਗ ਚਲਾਉਂਦੇ ਨੇ ਸਿਆਣੇ ਕਾਂ ਵਾਲਾ ਠੀਕ ਹੈ ਕਹਾਣੀ ਉਹੀ ਆ ਇੱਕ ਟ੍ਰਿਕ ਆ ਇਹ ਵੀ 10 ਗਾਣੇ ਤੁਸੀਂ ਲੁੱਚੇ ਗਾ ਲੇ ਕੁੜੀਆਂ ਕੱਢਣੀਆਂ ਚੁੰਨੀਆਂ ਖੇਚਲੀਆਂ ਜਾਂ ਫਲਾਨਾ ਤੇ ਕਾ ਇੱਥੇ ਦਾਰੂ ਪੀ ਲਈ ਉੱਥੇ ਡੋਲਤੀ ਇੱਥੇ ਭੀਮ ਕਾ ਲਈ ਉੱਥੇ ਆ ਕਰਤਾ ਇੱਥੇ ਉਹ ਕਰਤਾ ਇਹ ਕੰਮ ਕਰਕੇ ਉਦੋਂ ਬਾਅਦ ਦੇ ਵਿੱਚ ਇੱਕ ਧਾਰਮਿਕ ਗੀਤ ਜਾਂ ਅ इमोशनल ਵਾਲਾ इमोਸ਼ਨ ਵਾਲਾ ਕੋਈ ਗਾਣਾ ਐਦਾਂ ਦਾ ਕੱਢ ਦੋ ਜਾਂ ਕੋਈ ਐਦਾਂ ਦਾ ਕੋਈ ਕਰ ਦੋ ਕਿ ਕਿਤੇ ਜਾ ਕੇ ਸੇਵਾ ਕਰਦੇ ਆ ਜਾਂ ਕੀ ਕਰਦੇ ਆ ਉਹਦੇ ਨਾਲ ਕੀ ਹੁੰਦਾ ਪਬਲਿਸਿਟੀ ਮਿਲ ਜਾਂਦੀ ਹੈ ਤੇ ਬਾਕੀ ਚੀਜ਼ਾਂ ਨੂੰ ਇਗਨੋਰ ਹੋ ਜਾਂਦੀਆਂ ਨੇ ਵੀ ਹਾਂ ਜੇ ਲੁੱੱਚੇ ਗੀਤ ਗਾਉਂਦਾ ਇਹ ਪੁਰਾਣੇ ਇੱਕ ਬਹੁਤ ਮਸ਼ਹੂਰ ਸਿੰਗਰ ਆ ਉਹ ਉਹਦਾ ਉਹ ਇਹੀ ਟ੍ਰਿਕ ਯੂਜ਼ ਕਰਦਾ ਹੁੰਦਾ ਸੀ 2010 11 ਜਬ ਹੱਦ 12 ਤੱਕ ਨਾ ਉਹਨੇ ਇਹੀ ਟ੍ਰਿਕ ਯੂਜ਼ ਕੀਤਾਗਾ ਵੀ ਆ ਆਏ ਆ ਫਲਾਨਾ ਧੇਮਕਾ ਕਦੇ ਕਿੱਥੇ ਬਾੜ ਲੀਆਂ ਕੁੜੀਆਂ ਕਦੇ ਕਿਸੇ ਦੀਆਂ ਕੀ ਮਿਲ ਲਿਆ ਕਿਹਦੇ ਨਾਲ ਰਿਲੇਟ ਕਰਕੇ ਤੁਸੀਂ ਸਮਝਦੇ ਹੋ ਸਾਰੇ ਕਰਾਂਗੇ ਇਹ ਕੰਮ ਵੀ ਕਰਾਂਗੇ ਹਜੇ ਆਉਂਦੇ ਹੋਏ ਟਾਈਮ ਦੇ ਵਿੱਚ ਸਬਰ ਰੱਖੋ ਥੋੜਾ ਜਿਹਾ ਤੁਸੀਂ ਉਦੋਂ ਬਾਅਦ ਦੇ ਵਿੱਚ ਜਦੋਂ ਦੇਖਣਾ ਵੀ ਲੋਕ ਮੇਰੇ ਵਿਰੋਧ ਚ ਹੋ ਗਏ ਮੇਰੇ ਵਿਰੋਧੀ ਹੋ ਗਏ ਜਾਂ ਮੈ ਤੋਂ ਜ਼ਿਆਦਾ ਗਾਇਆ ਗਿਆ ਜਾਂ ਕੀ ਇਦਾਂ ਦਾ ਕੰਮ ਹੋ ਗਿਆ ਹਨਾ ਫੇਰ ਕੀ ਕਰਦੇ ਨੇ ਉਦੋਂ ਬਾਅਦ ਦੇ ਵਿੱਚ ਧਾਰਮਿਕ ਗਾਣਾ ਕੱਢ ਕੇ ਇਦਾਂ ਕਰਕੇ ਇੱਕ ਤਾਂ ਸਿੰਪਥੀ ਜੀ ਲੈ ਲੈਂਦੇ ਨੇ ਲੋਕਾਂ ਦੀ ਤੇ ਉਹ ਚੀਜ਼ਾਂ ਤੇ ਪੜਦਾ ਪੈ ਜਾਂਦਾ ਜਿਹੜਾ ਲੁੱਚਪੁਣਾ ਇਹਨਾਂ ਨੇ ਕਰਿਆ ਹੁੰਦਾ ਪਹਿਲਾਂ ਸੌਖੀ ਕਹਾਣੀ ਸਮਝ ਗਏ ਤੁਸੀਂ ਇਹ ਬੰਦੇ ਨੂੰ 99 ਡਾਇਰੈਕਟਰ ਦੀ ਗੱਲ ਕਰਦਾ ਮੈਂ ਇਹ ਬੰਦੇ ਨੂੰ 99% ਪੰਜਾਬੀ ਜਾਂ ਇੰਡੀਅਨ ਲੋਕ ਨਹੀਂ ਜਾਣਦੇ ਕਿਸੇ ਨਾ ਕਿਸੇ ਤਰੀਕੇ ਮਤਲਬ ਆਉਣਾ ਚਾਹੁੰਦਾ ਲੈ ਕੇ ਉੱਤੇ ਸਕਾਫ ਜਾਂ ਕੁੜੀਆਂ ਵਗੂ ਹਨਾ ਤੇ ਮੈਨੂੰ ਤਾਂ ਲੱਗਦਾ ਵੀ ਦੂਏ ਲੋਟੀ ਆ ਇਹ ਤੇ ਮੇਰੀਆਂ ਵੀਡੀਓ ਕਰਾਉਣੀਆਂ ਨੇ ਡਿਲੀਟ ਕਰਾ ਲਈ ਤੇ ਚੈਨਲ ਸਾਡੇ ੜਾਉਣੇ ਨੇ ੜਾਲ ਨਹੀਂ ਉਹ ਵੀ ਮੈਂ ਦੱਸਦਾ ਜਿਹੜੇ ਤੁਸੀਂ ਉਹ ਹਜ਼ਾਰ ਟੀਵੀ ਵਾਲਾ ਜਗਸੀਰ ਮੁੰਡੇ ਦਾ ਵੀਡੀਓ ਬੂਡੀਓ ਜੇ ਰਿਪੋਰਟਾਂ ਸਟ੍ਰਾਈਕਾਂ ਜਾਂ ਕੀ ਕੁਝ ਕਰਦੇ ਉਹਨੂੰ ਧਮਕੀਆਂ ਦੇ ਦਿੰਨੇ ਹੋ ਵੀ ਇਹ ਡਿਲੀਟ ਕਰ ਵੀਡੀਓ ਮੇਰੇ ਹੀ ਕਰਵਾ ਲਿਓ ਥੋੜੇ ਕਹਿਣ ਤੇ ਮੈਂ ਨਹੀਂ ਕਰਨੇ ਤੁਸੀਂ ਕਰਵਾ ਲਿਓ ਸਮਝ ਲੱਗੀ ਗੱਲ ਦੀ ਮੈਂ ਨਹੀਂ ਕਰਨਾ ਮੇਰਾ ਚੈਨਲ ਵੀ ਡਿਲੀਟ ਕਰਾ ਦਿਓ ਅਸੀਂ ਪੈਸਿਆਂ ਪੂਸਿਆਂ ਪਿੱਛੇ ਜਾਂ YouTube ਆਪਣੇ ਆ ਫੇਸਬੁਕ ਕੀ ਹੁੰਦੇ ਨੇ ਇਹ ਵਿਊ ਵਿਊ ਹੁੰਦੇ ਨੇ ਅਸੀਂ ਇਹਨਾਂ ਪਿੱਛੇ ਕੰਮ ਨਹੀਂ ਕਰਦੇ ਵੀਡੀਓ ਤਾਂ ਅੱਜ ਮੈਂ ਪਾਉਣੀ ਸੀ ਖਨੌਰੀ ਬਾਰਡਰ ਵਾਲੀ ਜਿਹੜਾ ਉੱਥੇ ੱਤਕਾ ਸ਼ਰੀਆਮ ਚੱਲ ਰਿਹਾਗਾ ਜਿਹੜਾ ਉੱਥੇ ਹੋਇਆਗਾ ਡੱਲੇ ਵਾਲ ਸਾਬ ਨਾਲ ਹੋਇਆ ਜਿਹੜਾ ਕੁਝ ਮੈਂ ਉਹਨਾਂ ਦੇ ਮਤਲਬ ਉਹ ਚੀਜ਼ ਪਾਉਣੀ ਸੀਗੀ ਉਹ ਚੀਜ਼ ਉਹ ਸਾਡੀ ਖੇਤੀ ਦੀ ਆ ਉਹ ਚੀਜ਼ ਸਾਨੂੰ ਪਿੱਛੇ ਦੇ ਵਿੱਚੋਂ ਆ ਸਾਨੂੰ ਪਹਿਲਾ ਗੁਰੂ ਆ ਤਾਂ ਕਰਕੇ ਮੈਂ ਉਹ ਪੈਂਡਿੰਗ ਕਰਤੀ ਮੈਂ ਕਿਹਾ ਉਹ ਚੱਲ ਕੱਲੂ ਪਾ ਦਾਂਗੇ ਆਪਾਂ ਅੱਜ ਥੋੜੇ ਵਾਲੀ ਪਾਉਣੀ ਆ ਕਿਉਂ ਕਿਉਂਕਿ ਮੈਂ ਹੁਣ ਉਹ ਮੁੰਡੇ ਦਾ ਨਾ ਇੱਕ ਵੀਡੀਓ ਦੇਖਿਆ ਬਾਬਾ ਰਾਜਾ ਰਾਜ ਸਿੰਘ ਜੀ ਨਾਲ ਕਰ ਰਿਹਾਗਾ ਉਹ ਇੰਟਰਵਿਊ ਤੇ ਉਹਦੇ ਵਿੱਚ ਉਹ ਦੱਸ ਰਿਹਾ ਕਹਿੰਦਾ ਜੀ ਸਾਡੇ ਸਟ੍ਰਾਈਕਾਂ ਵੀ ਮਾਰਤੀਆਂ ਮੈਂ ਉਹਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ ਹਜੇ ਤੱਕ ਹੋਇਆ ਨਹੀਂ ਸ਼ਾਇਦ ਵੀਡੀਓ ਐਡਿਟ ਕਰਦੇ ਕਰਦੇ ਤੱਕ ਮੈਨੂੰ ਉਹਦੇ ਨਾਲ ਹੋ ਜਾਣਾ ਤੇ ਉਹ ਤੋਂ ਮੈਂ ਸਕਰੀਨਸ਼ਾਟ ਲੈ ਕੇ ਵੀ ਪਾ ਦੂੰਗਾ ਜੇ ਹੋ ਗਿਆ ਕਿਉਂਕਿ ਬਿਜ਼ੀ ਹੁੰਦੇ ਨੇ ਅਗਲੇ ਰਿਪੋਰਟਿੰਗ ਤੇ ਸਾਰਿਆਂ ਨੂੰ ਮੈਂ ਬੇਨਤੀ ਇਹ ਕਰਨੀ ਚਾਹੁੰਨਾ ਓਜ਼ਾਰ ਟੀਵੀ ਵਾਲੇ ਮੁੰਡੇ ਵਰਗੇ ਨੂੰ ਸਪੋਰਟ ਕਰਿਆ ਕਰੋ ਜਿਹੜੇ ਗਰਾਉਂਡ ਲੈਵਲ ਤੇ ਜਾ ਕੇ ਮਤਲਬ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਯਾਰ ਤੁਹਾਨੂੰ ਉਹ ਕੈਮਰੇ ਤੇ ਉਹ ਚੀਜ਼ਾਂ ਦਿਖਦੀਆਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਦੇਖਦੇ ਆ ਮੈਂ ਖੁਦ ਦੇਖੀਆਂ ਹੋਈਆਂ ਨੇ ਖੁਦ ਮਤਲਬ ਬੀਤਦੀ ਹੈ ਇਹ ਚੀਜ਼ ਵੀ ਕਿੰਨਾ ਮੁਸ਼ਕਲ ਜੇ ਸੱਚ ਦਾ ਤੁਸੀਂ ਚੈਨਲ ਚਲਾਉਣਾ ਨਾ ਕੋਈ ਸੱਚ ਦੇ ਆਧਾਰ ਦੇ ਉੱਪਰ ਤਾਂ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਜੇ ਤੁਸੀਂ ਕਿਸੇ ਨਾਲ ਮਿਲ ਕੇ ਚਲਾਉਣਾ ਮਿਲ ਕੇ ਮਤਲਬ ਤਣਾਠਾਂ ਨਾਲ ਜਾਂ ਵੱਡੀਆਂ ਚੀਜ਼ਾਂ ਨਾਲ ਹਨਾ ਚੀਜ਼ਾਂ ਮਤਲਬ ਸਮਝਦੇ ਹੋ ਤੁਸੀਂ ਜਿਹੜੀਆਂ ਪਾਵਰਾਂ ਨੇ ਜੇ ਉਹਨਾਂ ਦੇ ਨਾਲ ਮਿਲ ਕੇ ਚਲਾਉਣਾ ਪੈਸਾ ਮਿਲੂਗਾ ਤੁਹਾਨੂੰ ਬਾਦੂ ਪਰ ਫਿਰ ਤੁਹਾਨੂੰ ਉਹਨਾਂ ਦੇ ਹੱਕ ਦੇ ਵਿੱਚ ਹੀ ਚੀਜ਼ ਪਾਉਣੀ ਪੈਣੀ ਆ ਜਿਹੜਾ ਮਤਲਬ ਇਹ ਕਰਦੇ ਨੇ ਤੇ ਨਹੀਂ ਕੀ ਹੁੰਦਾਗਾ ਤੁਸੀਂ ਬਰੋਚ ਨਹੀਂ ਬੋਲ ਸਕਦੇ ਫਿਰ ਤੁਹਾਡਾ ਸਾਰਾ ਕੁਝ ਮਤਲਬ ਬਹੁਤ ਔਖਾ ਯਾਰ ਇਹ ਤੁਸੀਂ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਆ ਜਿਹੜੇ ਆਪਾਂ ਚੈਨਲ ਵਾਲਿਆਂ ਨੂੰ ਗਾਲਾਂ ਕੱਢਦੇ ਹੁੰਦੇ ਹਨ ਨਾ ਵੀ ਆ ਰਿਪੋਰਟਰ ਇਹ ਪਹਿਲਾਂ ਬਹੁਤ ਵਧੀਆ ਸੀ ਹੁਣ ਇਹ ਹੋ ਗਿਆ ਵੀਰੇ ਅਗਲੇ ਦੀ ਸੰਗੀ ਕੁੱਟੀ ਜਾਂਦੀ ਆ ਅਗਲੇ ਦੀ ਰੋਜੀ ਰੋਟੀ ਚੱਲਦੀ ਹੁੰਦੀ ਆ ਇਹ ਚੀਜ਼ ਤੋਂ ਉਹ ਉਹਨਾਂ ਦੀਆਂ ਮਜਬੂਰੀਆਂ ਨੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਪੱਤਰਕਾਰ ਮਾਫ ਨੇ ਯਾਨੀ ਕਿ ਸਾਰਿਆਂ ਨੂੰ ਆਪਾਂ ਉਹ ਕਰਤਾ ਕਲੀਨ ਚਿੱਟ ਦੇਤੀ ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ ਜਿਹੜੇ ਵਧੀਆ ਕੰਮ ਕਰਦੇ ਨੇ ਉਦੋਂ ਬਾਅਦ ਦੇ ਵਿੱਚ ਉਹਨਾਂ ਦਾ ਬਈ ਗਲਗੁੱਠਾ ਦਿੱਤਾ ਹੀ ਜਾਂਦਾ ਹੈਗਾ ਇਹ ਜੇ ਆ ਚੀਜ਼ਾਂ ਵਾਲੇ ਦਵਾ ਲੈਂਦੇ ਨੇ ਜਾਂ ਕਿਸੇ ਨਾ ਕਿਸੇ ਤਰੀਕੇ ਮਤਲਬ ਤਨਾ ਅੱਠ ਚੀਜ਼ਾਂ ਨੇ ਜਿਹੜੀਆਂ ਉਹ ਮਤਲਬ ਗਲ ਘੁੱਟ ਦਿੰਦੇ ਨੇ ਤੇ ਸੱਚ ਪੱਤਰਕਾਰ ਕਿੱਥੇ ਰਹਿ ਜਾਊਗਾ ਫਿਰ ਸੱਚ ਔਜ਼ਾਰ ਟੀਵੀ ਵਾਲਾ ਜਗਸੀਰ ਮੁੰਡਾ ਅੱਜ ਦੇ ਟਾਈਮ 'ਚ ਬਹੁਤ ਵਧੀਆ ਕੰਮ ਕਰ ਰਿਹਾ ਉਹ ਇਹਨਾਂ ਨੇ ਕੀ ਕਰਿਆ ਜਾ ਕੇ ਉਹਦੀਆਂ ਵੀਡੀਓ ਦੇਖ ਲਿਓ ਉਤੇ ਰਿਪੋਰਟਾਂ ਮਰਵਾਈਆਂ ਨੇ ਵੀ ਆ ਜਿਹੜਾ ਉਹਨੇ ਇਹ ਇਹਨਾਂ ਦੇ ਖਿਲਾਫ ਮਤਲਬ ਇਹਨਾਂ ਦੇ ਵਿਰੋਧ ਚ ਵਿਰੋਧ ਚ ਕੀ ਯਾਰ ਉਹਨੇ ਉਹਨੇ ਸੱਚ ਪਾਇਆ ਵਿਰੋਧ ਨਹੀਂ ਹੈਗਾ ਇਹ ਇਹ ਸੱਚ ਆ ਕਿਸੇ ਗੁਰੂ ਦੀ ਆਪਾਂ ਸਿੱਖ ਗੁਰੂ ਦੀ ਨਕਲ ਨਹੀਂ ਕਰ ਸਕਦੇ ਮੈਂ ਤਾਂ ਇੱਥੋਂ ਤੱਕ ਵੀ ਚਾਹਣਾ ਹੈ ਵੀ ਕਿਸੇ Hindu ਭਗਵਾਨ ਦੀ ਦੇਵੀ ਦੇਵਤੇ ਦੀ ਵੀ ਮਤਲਬ ਨਕਲ ਨਹੀਂ ਹੋਣੀ ਚਾਹੀਦੀ ਰਿਸਪੈਕਟ ਦਨੇ ਆਪਾਂ ਸਾਰੇ ਧਰਮਾਂ ਨੂੰ ਬਰਾਬਰ ਆ ਤੇ ਜੇ ਸਾਡੇ ਧਰਮ ਦੇ ਵਿੱਚ ਇਹ ਸਪੈਸ਼ਲ ਹੈਗਾ ਵੀ ਅਸੀਂ ਕਾਪੀ ਜਾਂ ਫੋਟੋ ਆ ਜਾਂ ਕੀ ਉਹ ਚੀਜ਼ ਨੂੰ ਅਸੀਂ ਫਿਲਮਾਂ ਪਿੱਛੇ ਜੇ ਨਾਨਕ ਸ਼ਾਹ ਫਕੀਰ ਫਿਲਮ ਆਈ ਸੀਗੀ ਉਹਦੇ ਵਿੱਚ ਵੀ ਇਹੀ ਰੌਲਾ ਪਿਆ ਸੀ ਵੀ ਜੇ ਇੱਕ ਨੂੰ ਇਜਾਜ਼ਤ ਦੇ ਦਿੱਤੀ ਤਾਂ ਸਾਰਿਆਂ ਨੇ ਉਹੀ ਕੰਮ ਕਰਨ ਲੱਗ ਜਣਾ ਇਹਨਾਂ ਨੇ ਕਰਕੇ ਦਿਖਾਤਾ ਉਹ ਮੁੰਡੇ ਦੀ ਸਪੋਰਟ ਕਰਿਓ ਯਾਰ ਉਹਦੇ ਚੈਨਲ ਤੇ ਜਾ ਕੇ ਔਜਾਰ ਟੀਵੀ ਮੈਂ ਇੱਥੇ ਲਿੰਕ ਪਾ ਦੂੰਗਾ ਥੱਲੇ ਵੀਡੀਓ ਦੇ ਯਾਰ ਉਹ ਬਹੁਤ ਵਧੀਆ ਕੰਮ ਕਰਦਾ ਅੱਜ ਦੇ ਟਾਈਮ ਦੇ ਵਿੱਚ ਮੈਂ ਗਵਾਹ ਐ ਚੀਜ਼ ਦਾ ਉਹ ਇਮਾਨਦਾਰੀ ਨਾਲ ਕੰਮ ਕਰ ਰਿਹਾ ਬੰਦਾ ਇਹਨਾਂ ਦਾ ਕੀ ਆ ਇਹਨਾਂ ਨੇ ਤਾਂ ਇਧਰੋਂ ਬਣਾ ਲਏ ਉਧਰੋਂ ਬਣਾ ਲਏ ਇਹ ਉਹੀ ਨੇ ਬੰਦੇ ਜਦੋਂ ਕਿਸਾਨ ਧਰਨਾ ਚੱਲਿਆ ਸੀ ਉਸ ਤੋਂ ਬਾਅਦ ਚ ਜੀ ਜੀ ਉਹਦੇ ਵਿੱਚ ਜਾ ਕੇ ਆਪਦੀਆਂ ਇਹਨਾਂ ਨੇ ਉਹ ਕਰਿਆ ਸੀ ਗਿਆ ਫਿਲਮਾਂ ਬਣਾਈਆਂ ਸੀ ਰੌਲਾ ਪਿਆ ਸੀ ਕਿੰਨਾ ਯਾਦ ਆ ਗਈਆਂ ਗੱਲਾਂ ਮੈਂ ਬਾਬਾ ਰਾਜਾ ਰਾਜ ਸਿੰਘ ਜੀ ਨੂੰ ਵੀ ਮਤਲਬ ਕਾਲ ਕਰੀ ਸੀ ਉਹਨਾਂ ਨੇ ਕੱਟਤਾ ਸ਼ਾਇਦ ਉਹ ਬਿਜ਼ੀ ਹੋਣਗੇ ਕਿਤੇ ਤਾਂ ਕਰਕੇ ਗੱਲ ਨਹੀਂ ਹੋਈ ਨਾ ਮੈਂ ਉਹਨਾਂ ਦਾ ਵਰਜ਼ਨ ਵੀ ਇਹਦੇ ਵਿੱਚ ਰੱਖ ਦੇਣਾ ਸੀਗਾ ਚਲੋ ਮੇਰੇ ਵਾਲੇ ਤੇ ਜ਼ਰੂਰੀ ਨਹੀਂ ਹੈਗਾ ਤੁਸੀਂ ਔਜ਼ਾਰ ਟੀਵੀ ਵਾਲੇ ਤੇ ਜਾ ਕੇ ਦੇਖ ਲਿਓ ਬਾਬਾ ਜੀ ਨੇ ਕੀ ਮਤਲਬ ਇਹਨਾਂ ਨੂੰ ਸੁਣਾਇਆ ਹੈਗਾ ਇਹਨਾਂ ਨੂੰ ਆਪਦੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਇਹਨਾਂ ਨੂੰ ਪਤਾ ਕੀ ਹੈ ਇਹਨਾਂ ਨੂੰ ਆਇਆ ਵੀ ਜੇ ਯਾਰ ਅਸੀਂ ਆਹ ਕੰਮ ਕਰਤਾ ਵੀ ਹਾਂ ਅਸੀਂ ਜੇ ਆ ਕੰਮ ਕਰਤਾ ਵੀ ਇੱਕ ਵੀਡੀਓ ਬਣਾਉਨੇ ਆ ਕੀ ਹੋ ਜੂ ਵੱਧ ਤੋਂ ਵੱਧ ਵੀ ਕੀ ਵੱਧ ਤੋਂ ਵੱਧ ਕੀ ਹੋ ਜੂਗਾ ਵੀ ਹਾਂ ਅਸੀਂ ਪਹਿਲਾ ਇਹ ਪੰਗਾ ਲੈ ਲੈਨੇ ਆ ਜਾਣ ਬੁੱਝ ਕੇ ਲੋਕਾਂ ਦੇ ਈਮੋਸ਼ਨਲ ਖੇਡਦੇ ਆ ਤੇ ਜਦੋਂ ਅਸੀਂ ਹਾਈਲਾਈਟ ਹੋ ਗਏ ਪੂਰਾ ਵਧੀਆ ਰੌਲਾ ਪੈ ਗਿਆ ਸਾਡਾ ਉਦੋਂ ਬਾਅਦ ਚ ਜਾਵਾਂਗੇ ਅਸੀਂ ਕਿਸੇ ਧਾਰਮਿਕ ਸ਼ਖਸੀਅਤ ਕੋਲੇ ਜਾਵਾਂਗੇ ਜਾਂ ਅਕਾਲ ਤਖਤ ਜ਼ਬਤ ਤਾਂ ਜਾਂਦੀ ਨਹੀਂ ਹੈਗੇ ਛੇਤੀ ਕਰੇ ਇਹ ਚੱਲ ਜੇ ਚਲੇ ਵੀ ਜਾਣਗੇ ਉੱਥੇ ਜਾ ਕੇ ਮਾਫੀ ਲੈ ਕੇ ਵਾਪਸ ਆ ਜਾਨਗੇ ਉਦੋਂ ਬਾਅਦ ਸਾਰਾ ਕੁਝ ਕਲੀਨ ਆ ਜੀ ਬਸ ਐਡੀ ਕ ਖੇਡ ਆ ਇਹਨਾਂ ਨੂੰ ਸਜ਼ਾ ਵੱਡੀ ਚਾਹੀਦੀ ਆ ਵੀ ਤੁਸੀਂ ਇਹ ਚੀਜ਼ ਬਣਾਉਣੀ ਤਾਂ ਦੂਰ ਦੀ ਗੱਲ ਆ ਵੀ ਤੁਸੀਂ ਸੋਚੋ ਵੀ ਨਾ ਇਹ ਚੀਜ਼ ਦੀ ਸਾਰੇ ਕੌਣ ਨੇ ਅਰਦੇ ਆਪ ਨੂੰ ਸਿੱਖ ਕਹਾਉਂਦੇ ਨੇ ਸਾਰੇ ਵੀ ਹਾਂ ਅਸੀਂ ਸਿੱਖਾਂ ਪਰ ਕੰਮ ਕੀ ਕਰਦੇ ਨੇ ਸਿੱਖੀ ਦੇ ਉਲਟ ਕਰਦੇ ਨੇ ਇਹ ਆਮ ਲੋਕਾਂ ਨੇ ਇਹਨਾਂ ਨੂੰ ਸਿਰ ਤੇ ਚੜਾਇਆ ਹੋਇਆ ਇਹ ਐਡੀ ਗੱਲ ਨਹੀਂ ਹੈਗੀ ਗੱਦੜਾਂ ਦਾ ਗੁਈਆ ਇਹ ਓ ਯਾਰ ਕਿੰਨੀ ਕੀ ਹੋ ਜੂਗਾ ਯਾਰ ਕਿੰਨੇ ਸਾਲ ਹੋ ਗਏ ਹੁਣੇ ਆ ਮੇਰੇ ਖਿਆਲ ਦੇ ਵਿੱਚ ਪਹਿਲਾ ਪਹਿਲਾ ਜਿੰਮੀ ਸ਼ੇਰਗਿੱਲ ਵਾਲੀਆਂ ਇਹ ਫਿਲਮਾਂ ਦੇਖੀਆਂ ਨੇ ਉਹ ਮੁੰਡਾ ਚਲੋ ਬਹੁਤ ਵਧੀਆ ਐਕਟਰ ਆ ਉਹ ਉਦੋਂ ਕ ਦੇਖੀਆਂ ਨੇ ਅੱਜ ਤੋਂ 10 15 20 ਸਾਲ ਪਹਿਲਾਂ ਦੇਖੀਆਂ ਆਉਣੀਆਂ ਨੇ ਪੰਜਾਬੀ ਫਿਲਮਾਂ ਅੱਜ ਤੱਕ ਮੈਂ ਤਾਂ ਦੇਖੀ ਹੀ ਨਹੀਂ ਮੂਸੇ ਵਾਲੇ ਦੀਆਂ ਦੇਖੀਆਂ ਨੇ ਦੋਨੇ ਬਾਕੀ ਮੈਂ ਕਿਸੇ ਵੀ ਕੋਈ ਧਾਰਮਿਕ ਫਿਲਮ ਆਉਂਦੀ ਆ ਪੰਜਾਬੀ ਚਾਹੇ ਕੋਈ ਮਤਲਬ ਲੜਾਈ ਪੜਾਈ ਵਾਲੀ ਲਾਲਾ ਜਿਹੜੀ ਮਰਜੀ ਲਾ ਲਓ ਬਾਈ ਆਪਾਂ ਤਾਂ ਨਹੀਂ ਦੇਖਦੇ ਇੱਥੋਂ ਤੱਕ ਮੈਂ ਹਿੰਦੀ ਫਿਲਮਾਂ ਵੀ ਨਹੀਂ ਦੇਖਦਾ ਸਾਊਥ ਕੋਰੀਆ ਵਾਲਿਆਂ ਦੀਆਂ ਫਿਲਮਾਂ ਬਹੁਤ ਵਧੀਆ ਹੁੰਦੀਆਂ ਨੇ ਇਹਨਾਂ ਨਾਲ ਦੇ ਨਾਲ ਉਹ ਤਾਂ ਤੇ ਹਾਲੀਵੁੱਡ ਦੀਆਂ ਤਾਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਆ ਇਹ ਉਹਨਾਂ ਦੇ ਮੁਕਾਬਲਾ ਕਰਦੇ ਨੇ ਮਤਲਬ ਐਕਟਿੰਗ ਸਾਰਾ ਕੁਝ ਓਵੇਂ ਤੇ ਹਾਂ ਜੀ ਅਸੀਂ ਐ ਜਾਂ ਫਲਾਨਾ ਅਰਦਾਸ ਜੀ ਫਲਾਨਾ ਜੀ ਜੇ ਬੋਆ ਬੀਬੀ ਆ ਬਣਾਤੀ ਬੀਬੀ ਉਹ ਬਣਾਤੀ ਇਹਨਾਂ ਨੂੰ ਕੌਣ ਹੱਕ ਦੇਈ ਜਾਂਦਾ ਯਾਰ ਇਹਨਾਂ ਦਾ ਐਵੇਂ ਮੂੰਹ ਵਧੀ ਜਾਂਦਾ ਇਹ ਚੀਜ਼ ਨੂੰ ਇਹ ਜਿਹੜੇ ਵੱਡੇ ਵੱਡੇ ਸਿੰਗਰ ਨੇ ਨਾ ਪੰਜਾਬੀ ਆਉਦੇ ਹੋਏ ਦਿਨਾਂ ਦੇ ਵਿੱਚ ਉਹ ਇਹਨਾਂ ਦੀ ਮਤਲਬ ਚੀਜ਼ਾਂ ਦਿਖਾਉਣੀਆਂ ਨੇ ਤੁਹਾਨੂੰ ਸਾਰਾ ਕੁਝ ਤੇ ਤੁਸੀਂ ਮੈਂ ਹਾਜੇ ਦੱਸਣਾ ਨਹੀਂ ਚਾਹੁੰਦਾ ਕਰਕੇ ਦਿਖਾਵਾਂਗੇ ਅਸੀਂ ਵੀ ਕੀ ਦਿਖਾਉਣਾ ਚਾਹੁੰਦੇ ਆ ਤੁਹਾਨੂੰ ਸੱਚੀਆਂ ਵੀਡੀਓ ਦੇ ਸਮੇਤ ਇਹ ਚੀਜ਼ਾਂ ਵੀ ਆ ਔਕਾਤ ਇਹਨਾਂ ਦੀ ਇੱਥੇ ਤੱਕ ਹੁੰਦਾ ਕੌਣ ਕੀ ਕਰਦਾ ਕੌਣ ਕਿਹੜਾ ਬਿਜ਼ਨਸ ਚਲਾਉਂਦਾ ਕੌਣ ਕੀ ਕਿਵੇਂ ਹੈ ਕਿਵੇਂ ਨਹੀਂ ਹੈ ਕੌਣ ਨਸ਼ਾ ਜੀ ਸਹੀ ਉਹ ਸੁਣਿਆ ਤੁਸੀਂ ਦਿਖਾਵਾਂਗੇ ਤੁਹਾਡੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣੀਆਂ ਨੇ ਤੇ ਮੁੜ ਕੇ ਤੁਸੀਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਕਿਸੇ ਨੂੰ ਹੈਗਿਆ ਸਿੰਗਰ ਯਾਰ ਵਿੱਚ ਦੋ ਚਾਰਕ ਵਧੀਆ ਹੋਣਗੇ ਵੀ ਪਤਾ ਨਹੀਂ ਆਪਾਂ ਨੂੰ ਹੁਣ ਇਸ ਟਾਈਮ ਤਾਂ ਬਾਲੀਆਂ ਲੰਬੀਆਂ ਗੱਲਾਂ ਬਾਤਾਂ ਤਾਂ ਨਹੀਂ ਆਪਣੇ ਕੋਲੇ ਹੈਗੀਆਂ ਇਹ ਤੁਹਾਨੂੰ ਦੱਸਿਆ ਹੀ ਆਪਾਂ ਚੈਨਲ ਡਿਲੀਟ ਹੁੰਦੇ ਨੇ ਵੀਡੀਓ ਡਿਲੀਟ ਹੁੰਦੇ ਨੇ ਪੈਸੇ ਆਉਂਦੇ ਨੇ ਨਹੀਂ ਆਉਂਦੇ ਨੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਚੈਨਲ ਇੱਕ ਡਿਲੀਟ ਹੋਊਗਾ ਅਸੀਂ 10 ਹੋਰ ਬਣਾ ਦਾਂਗੇ ਅਲੱਗ-ਅਲੱਗ ਤੋਂ ਵੀਡੀਓ ਪਾ ਦਾਂਗੇ 50 ਚੈਨਲ ਬਣਾ ਕੇ ਇਕੱਠੀਆਂ ਹੀ ਵੀਡੀਓ ਪਾ ਦਾਂਗੇ ਅਲੱਗ-ਅਲੱਗ ਚੈਨਲਾਂ ਤੇ ਲੋ ਕਰੀ ਜਾਓ ਡਿਲੀਟ ਬਾਰੋਂ ਬਣਵਾ ਲਾਂਗੇ ਇਧਰੋਂ ਬਣਵਾ ਲਾਂਗੇ ਬਥੇਰੇ ਜਾਣਕਾਰ ਨੇ ਦੋਸਤ ਸਾਡੇ ਹਰੇਕ ਨੂੰ ਭੇਜ ਦਾਂਗੇ ਵੀਡੀਓ ਕਰ ਦੋ ਅਪਲੋਡ ਆ ਸਾਰਾ ਕੁਝ ਪਾ ਦੋ ਨਾਲੇ ਫੇਰ ਅਸੀਂ ਚੈਨਲਾਂ ਤੇ ਨਹੀਂ ਉਵੇਂ ਨਹੀਂ ਹੈਗਾ ਵੀ ਹਾਂ ਅਸੀਂ ਕੱਲੀ ਇਹ ਉਹ ਰੱਖਾਂਗੇ ਫੇਰ ਅਸੀਂ 50 50 100 100 2 200 ਚੈਨਲ ਬਣਾ ਕੇ ਇਹਨੂੰ ਬਣਾਉਣ ਨੂੰ ਕਿਹੜਾ ਮਿਸਤਰੀ ਲੱਗਦੇ ਨੇ ਜੇ ਵੀਡੀਓ ਡਿਲੀਟ ਕਰਾਉ ਆਉਂਦੇ ਨੇ ਤਾਂ ਅਸੀਂ 2 200 ਵੀਡੀਓ ਬਣਾ ਚੈਨਲ ਬਣਾ ਕੇ ਹਰੇਕ ਕੰਟਰੀ ਦੇ ਵਿੱਚ ਉਹ 10 ਚੈਨਲ ਬਣਵਾ ਕੇ ਤਾਂ ਅਸੀਂ ਵੀਡੀਓ ਉਸ ਤਰੀਕੇ ਨਾਲ ਵੀ ਪਾ ਦਿਆ ਕਰਾਂਗੇ ਫਿਰ ਕਰਾਈ ਜਾਏ ਉਹ ਜਿਹੜਾ ਜਿਹੜਾ ਚੈਨਲ ਡਿਲੀਟ ਕਰਾਉਣਾਗਾ ਸਾਡੇ ਕੋਲੇ ਵੀ ਬਹੁਤ ਰਾਹ ਨੇ ਜੇ ਤੁਹਾਡੇ ਕੋਲੇ ਨੇ ਹੁਣ ਉਹ ਮੁੰਡੇ ਦਾ ਵਿਚਾਰੇ ਦਾ ਵਧੀਆ ਉਹਦਾ ਚੱਲਦਾਗਾ ਕੰਮਕਾਰ ਚਲੋ ਅਗਲੇ ਨੂੰ ਯਾਰ ਆਮ ਇਨਕਮ ਆਉਂਦੀ ਹੈ ਜੇ ਅਗਲਾ ਮਿਹਨਤ ਦਿੰਦਾ ਨਾ ਇਮਾਨਦਾਰੀ ਨਾਲ ਕੰਮ ਕਰਦਾ ਤਾਂ ਯਾਰ ਬਹੁਤ ਦੁੱਖ ਲੱਗਦਾ ਵੀ ਹਾਂ ਯਾਰ ਅਗਲੇ ਦਾ ਚੈਨਲ ਬੰਦ ਹੋ ਗਿਆ ਜਾਂ ਅਗਲੇ ਦੀ ਰਿਪੋਰਟਾਂ ਵੱਜਦੀਆਂ ਨੇ ਵੀਡੀਓ ਡਿਲੀਟ ਹੋ ਗਏ ਇਨਕਮ ਉਹਨਾਂ ਦੀ ਬੰਦ ਹੋ ਜਾਂਦੀ ਆ ਤੇ ਯਾਰ ਅਗਲੇ ਅੱਛਾ ਇਨਕਮ ਦਾ ਇਕੱਲਾ ਇਹ ਨਹੀਂ ਹੁੰਦਾ ਵੀ ਯਾਰ ਅਗਲਾ ਇਨਕਮ ਘਰ ਚਲਾਉਣ ਵਾਸਤੇ ਆ ਦੇਖੋ ਜੇ ਕਿਸੇ ਨੇ ਸੱਚ ਦਾ ਕੰਮ ਕਰਨਾ ਹੈਗਾ ਜਿਹੜਾ ਸੱਚਾ ਬੰਦਾ ਹੋਊਗਾ ਉਹਦੇ ਕੋਲ ਤਾਂ ਵੈਸੇ ਹੀ ਪੈਸਾ ਘੱਟ ਹੋਊਗਾ ਇਹ ਤਾਂ ਪਹਿਲੀ ਵੱਡੀ ਗੱਲ ਆ ਇਹ ਜਿਹਦੇ ਕੋਲੇ ਪੈਸਾ ਜ਼ਿਆਦਾ ਹੋਊਗਾ ਉਹ ਅਗਲਾ ਕਹਿੰਦਾ ਯਾਰ ਛੱਡ ਪਰਿਆ ਆਪਾਂ ਨਹੀਂ ਕੀ ਲੈਣਾ ਜਿਹੜਾ ਸੱਚਾ ਹੋਊਗਾ ਬੰਦਾ ਦੋ ਮਤਲਬ ਨਾ ਕੱਢਿਓ ਮੇਰੀ ਗੱਲ ਦੀ ਇੱਕ ਤਾਂ ਹੀ ਰਹੋ ਜੋ ਮੈਂ ਬੋਲਿਆਂਗਾ ਤੇ ਜਿਹੜਾ ਸੱਚਾ ਬੰਦਾ ਹੁੰਦਾ ਹੈ ਇਹ ਜੇ ਉਹ ਯਾਰ ਉਹਨੇ ਤੇਲ ਵੀ ਪੋਣਾ ਉਹ ਕਿਤੇ ਪੈਸਾ ਨਹੀਂ ਲੈਂਦਾ ਹੁੰਦਾ ਨਾ ਕਿਸੇ ਤੋਂ ਪੈਸਾ ਲੈ ਕੇ ਉਹ ਉਹ ਐਡਵਰਟਾਈਜ਼ਮੈਂਟ ਵੀ ਨਹੀਂ ਕਰਦੇ ਯਾਰ ਉਹ ਸਿੱਧੀ ਜੀ ਗੱਲ ਆ ਅਗਲੇ ਨੇ ਕੀ ਕਰਨਾ ਹੁੰਦੀ ਹੈ ਇਹ ਜਿਹੜੇ ਫੇਸਬੁੱਕ ਤੋਂ ਜਾਂ YouTube ਤੋਂ ਪੈਸੇ ਆਉਂਦੇ ਨੇ ਅਗਲੇ ਨੂੰ ਆਇਆ ਹੁੰਦਾ ਯਾਰ ਕੋਈ ਮਾਈਕ ਵਧੀਆ ਲੈ ਲਾਂਗੇ ਚਲ ਕੈਮਰਾ ਵਧੀਆ ਲੈ ਲਾਂਗੇ ਤਾਂ ਡੇਲੀ ਦਾ ਸਾਡਾ ਤੇਲ ਤੂਲ ਜਾ ਗੱਡੀ ਚ ਚੱਲੀ ਜਾਂਦਾਗਾ ਚਲੋ ਪੈਟਰੋਲ ਹੋਇਆ ਡੀਜ਼ਲ ਹੋਇਆ ਤੇ ਕਿਤੇ ਰੋਟੀ ਪਾਣੀ ਖਾ ਲਈ ਰੋਟੀ ਪਾਣੀ ਖਾਣ ਦੀ ਵੀ ਚਲੋ ਗੱਲ ਨਹੀਂ ਹੁੰਦੀ ਏਡੀ ਉਹ ਤਾਂ ਜਿੱਥੇ ਜਾਂਦੇ ਆ ਉੱਥੇ ਖਾਈ ਲੈਣੇ ਆ ਜੇ ਕਿਤੇ ਲੰਗਰ ਲੱਗਿਆ ਹੁੰਦਾ ਜਾਂ ਕੁਝ ਵੀ ਆ ਇਹ ਮਤਲਬ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹ ਐਨੀ ਜੀਵ ਨਹੀਂ ਆ ਉਹਨਾਂ ਦੀ ਆ ਕੰਮ ਕਰਦੇ ਹੁੰਦੇ ਨੇ ਉਹ ਪੈਸੇ ਨਾਲ ਜਿਹੜਾ YouTube ਤੋਂ ਪੈਸਾ ਆਉਂਦਾ ਨਹੀਂ ਅਗਲਾ ਕਿਹੜਾ ਯਾਰ ਅੱਜ ਦੇ ਟਾਈਮ 'ਚ ਆਪਦੇ ਘਰੋਂ ਪੱਲਿਓਂ ਫੂਕ ਕੇ ਪੈਸਾ ਤੇ ਦੁਨੀਆ ਨੂੰ ਸੱਚ ਦਿਖਾ ਦਊਗਾ ਵੀ ਲਓ ਜੀ ਮੈਂ ਸੱਚ ਦਿਖਾ ਰਿਹਾ ਸਾਰਿਆਂ ਨੂੰ ਕਿਉਂਕਿ ਯਾਰ ਉਹਨਾਂ ਆ ਕੀ ਘਰ-ਬਾਰ ਸਾਰਿਆਂ ਦੇ ਚੱਲਦੇ ਨੇ ਤੁਹਾਨੂੰ ਪਤਾ ਹੀ ਆ ਕਿੰਨਾ ਕ ਅਗਲਾ ਮਤਲਬ ਆਪਦੀ ਜੇਬ ਦੇ ਵਿੱਚ ਇੱਕ ਅੱਛਾ ਹੁਣ ਪਿੱਛੇ ਜੇ ਗੱਲ ਹੋਈ ਆ ਮਹਾਲੀ ਕੁੰਬੜਾ ਆਪਣੇ ਦੋ ਮੁੰਡਿਆਂ ਦਾ ਮਰਡਰ ਹੋਇਆਗਾ ਉਦੋਂ ਬਾਅਦ ਦੇ ਵਿੱਚ ਉਥੇ ਰਿਪੋਰਟਿੰਗ ਕਰ ਲਈ ਸੇਮ ਡੇ ਕਿਤੇ ਹੋਰ ਕੋਈ ਗਾਂਢ ਹੋ ਗਿਆ ਮਤਲਬ ਲਾ ਲਓ ਤੁਸੀਂ ਅੰਮ੍ਰਿਤਸਰ ਹੋ ਗਈ ਕੋਈ ਗੱਲਬਾਤ ਤੇ ਉਹਨਾਂ ਤੇਲ phੂਕੇ ਯਾਰ ਬੰਦੇ ਨੇ ਜਾਣਾ ਆਪਦਾ ਟਾਈਮ ਉਹ ਜੇ ਹੁਣ ਅਗਲੇ ਨੂੰ ਤੇਲ ਜੋਗੇ ਪੈਸੇ ਵੀ ਨਹੀਂ ਬਣਨਗੇ ਵੀਡੀਓ ਦੇ ਵਿੱਚ ਉਹ ਅੱਛਾ ਉਹ ਕਿਹੜਾ ਕੋਈ ਨੰਗ ਦਿਖਾ ਕੇ ਜਾਂ ਕੋਈ ਗੰਦਮੰਦ ਕਰਕੇ ਜਾਂ ਇਹਨਾਂ ਵਾਂਗੂ ਡਰਾਮਾ ਕ੍ਰੀਏਟ ਕਰਕੇ ਪੈਸੇ ਕਮਾਉਂਦੇ ਨੇ ਯਾਰ ਇਹ ਔਜ਼ਾਰ ਟੀਵੀ ਵਾਲੇ ਜਗਸੀਰ ਦੇ ਹੱਕ ਦੇ ਵਿੱਚ ਆਪਾਂ ਭਾਈ ਉਹ ਮੁੰਡੇ ਦਾ ਸਾਥ ਦੇਣਾ ਬਣਦਾ ਇਹਨਾਂ ਨੇ ਉਹਨੇ ਵੀਡੀਓ ਪਾਈ ਆ ਵੀ ਯਾਰ ਆ ਚੀਜ਼ ਬਾਬਾ ਜੀ ਉਹ ਬਾਬਾ ਜੀ ਦੀ ਫੋਟੋ ਲਾ ਕੇ ਜਾਂ ਵੀਡੀਓ ਬਣਾ ਕੇ ਬਕਾਇਦਾ ਬੰਦਾ ਬਣਾ ਕੇ ਬਾਅਦ ਚੋਂ ਐਡਿਟ ਕਰਕੇ ਵੀ ਐਫ ਐਕਸ ਲਾ ਕੇ ਤੇ ਉਹਦੇ ਵਿੱਚ ਤੇ ਚਿੱਟਾ ਜਾਂ ਚਾਨਣਾ ਜਾਂ ਬਣਾ ਕੇ ਵੀ ਹਾਂ ਇਹ ਗੁਰੂ ਨਾਨਕ ਦੇਵ ਜੀ ਦੀ ਜੋਤ ਇਦਾਂ ਮਤਲਬ ਉਹ ਚੀਜ਼ ਦਿਖਾਤੀ ਐਮੀ ਬਿਰਕ ਯਾਰ ਬਹੁਤ ਕੁਛ ਆ ਕਹਿਣਾ ਨਹੀਂ ਚਾਹੁੰਦੇ ਅਸੀਂ ਤੈਨੂੰ ਜੇ ਤੂੰ ਬੱਸ ਇਹਦਾ ਹੁਣ ਵੀ ਨਹੀਂ ਮਾਫੀ ਹੈਗੀ ਆਪਣੇ ਵੱਲੋਂ ਤਾਂ ਕਾਟਾ ਪਈ ਕਰ ਲਓ ਕੀ ਕਰਦੇ ਆ ਅਸੀਂ ਕੱਲੇ ਵੀਡੀਓ ਵਾਲੇ ਹੀ ਨਹੀਂ ਹੈਗੇ ਆਮ ਦੁਨੀਆ 'ਚ ਜਿਉਣਾ ਜਾਣਦੇ ਆਂ ਅਸੀਂ ਸਾਨੂੰ ਸਭ ਪਤਾ ਹੈਗਾ ਤੇ ਅਸੀਂ ਆਮ ਲੋਕਾਂ ਨਾਲ ਖੜੇ ਆ ਤਾਂ ਖੜਾ ਹੀ ਰ੍ਹਾਂਗੇ ਸ਼ਕਲ ਤਾਂ ਜੇ ਅਸੀਂ ਇੱਥੇ ਦਿਖਾਉਦੇ ਨਹੀਂ ਹੈਗੇ ਆਪਦੀ ਕਿਉਂ ਨਹੀਂ ਦਿਖਾਉਦੇ ਸਾਨੂੰ ਲੋੜ ਨਹੀਂ ਹੈਗੀ ਅਸੀਂ ਕਿਹੜਾ ਸਟਾਰ ਬਣਨਾ ਇੱਥੇ ਸ਼ਕਲਾਂ ਦਿਖਾ ਕੇ ਸ਼ਕਲਾਂ ਤਾਂ ਉਹਨਾਂ ਨੂੰ ਹੁੰਦਾ ਵੀ ਹਾਂ ਯਾਰ ਕੱਲਾ ਸਾਡਾ ਇਹੀ ਇਨਕਮ ਸੋਰਸ ਹੈ ਤੇ ਅਸੀਂ ਇੱਥੇ ਹੀ ਮਤਲਬ ਸ਼ਕਲਾਂ ਦਿਖਾ ਕੇ ਸਟਾਰ ਬਣਨਾ ਤੇ ਸਾਨੂੰ ਥਾਂ ਦਾ ਪਛਾਨਣਾ ਸ਼ਕਲਾਂ ਅਸੀਂ ਕਿਉਂ ਨਹੀਂ ਦਿਖਾਉਂਦੇ ਸਾਨੂੰ ਲੋਡ ਨਹੀਂ ਹੈਗੀ ਯਾਰ ਬਾਲੀਆਂ ਗੱਲਾਂ ਨਹੀਂ ਆਪਾਂ ਦੱਸਦੇ ਇਹਦੇ ਵਿੱਚ ਇਹ ਵੀ ਆ ਜਿੱਦਣ ਲੋਡ ਪਈ ਤੇ ਅਸੀਂ ਦਿਖਾ ਵੀ ਦਵਾਂਗੇ ਐਡੀ ਵੀ ਨਹੀਂ ਗੱਲ ਹੈ ਜਿਉਣਾ ਮਰਨਾ ਰਹਿਣਾ ਖਾਣਾ ਪੀਣਾ ਸਾਹ ਲੈਣੇ ਸਾਰਿਆਂ ਨੂੰ ਹੱਕ ਆ ਤੁਹਾਨੂੰ ਵੀ ਆ ਸਾਨੂੰ ਵੀ ਆ ਪਰ ਸਾਡੇ ਦਿਲਾਂ ਨਾਲ ਸਾਡੀਆਂ ਭਾਵਨਾਵਾਂ ਨਾਲ ਨਾ ਖੇਡੋ ਆਪਦਾ ਜੋ ਕੁੱਤ ਕਲੇਸ਼ ਜਿੱਥੇ ਕਰਨਾ ਕਰੀ ਚੱਲੋ ਸਾਨੂੰ ਕੋਈ ਮਤਲਬ ਨਹੀਂ ਨਾ ਅਸੀਂ ਤੁਹਾਨੂੰ ਦੇਖਦੇ ਆ ਨਾ ਅਸੀਂ ਤੁਹਾਨੂੰ ਸੁਣਦੇ ਆ ਤੁਸੀਂ ਕਾਹ ਨੂੰ ਤੱਕੇ ਨਾਲ ਸਾਡੇ ਵੱਲ ਨੂੰ ਕਹਿੰਨੇ ਹੋ ਵੀ ਹਾਂ ਸਾਨੂੰ ਦੇਖੋ ਪ੍ਰੋਬਲਮ ਇਹ ਹੈ ਇਹਨਾਂ ਨੂੰ ਹੁਣ ਕੋਈ ਸਿੰਗਰਾਂ-ਸੁੰਗਰਾਂ ਨੂੰ ਕੋਈ ਨਹੀਂ ਸੌਂਦਾ ਹੈਗਾ ਸਾਰਿਆਂ ਦੀਆਂ ਅਸਲੀਤਾ ਪਤਾ ਲੱਗ ਗਈਆਂ ਲੋਕਾਂ ਨੂੰ ਜ਼ਿਆਦਾਤਰ ਜਿਨ੍ਹਾਂ ਦੀਆਂ ਰਹਿ ਗਈਆਂ ਉਹਨਾਂ ਦੀਆਂ ਵੀ ਛੇਤੀਓ ਲੱਗਣ ਵਾਲੀਆਂ ਨੇ ਤੇ ਕਿਸੇ ਨਾ ਕਿਸੇ ਟ੍ਰਿਕੇ ਨਾਲ ਵੀ ਉਹ ਕਹਿੰਦੇ ਨਹੀਂ ਹੁੰਦੇ ਆ ਕੱਲ ਪਰਸੋਂ ਪਤਾ ਨਹੀਂ ਕਿਹੜੀ ਮੈਂ ਵੀਡੀਓ ਜੀ ਦੇਖਦਾ ਸੀ ਉਹਦੇ 'ਚ ਵੀ ਕਰਦਾ ਸੀ ਉਹ ਵੀ ਬਦਨਾਮ ਹੋਇਆ ਤਾਂ ਫਿਰ ਕੀ ਹੋਇਆ ਕਹਿੰਦਾ ਨਾਮ ਤਾਂ ਹੋਇਆ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਬਦਨਾਮ ਹੋਇਆ ਫਿਰ ਕੀ ਹੋਇਆ ਨਾਮ ਤਾਂ ਹੋਇਆ ਬਸ ਆਹ ਖੇਡ ਆ ਇਹਨਾਂ ਦੀ ਵੀ ਸਾਨੂੰ ਪਬਲਿਸਿਟੀ ਚਾਹੀਦੀ ਆ ਚਾਹੇ ਉਹ ਪੋਜ਼ਿਟਿਵ ਆ ਚਾਹੇ ਉਹ ਨੈਗੇਟਿਵ ਆ ਬਸ ਐਡੀ ਕ ਖੇਡ ਆ ਉਹਦੇ ਨਾਲ ਕੀ ਹੋਊਗਾ ਹਾਈਲਾਈਟ ਰਹਿਣਗੇ ਲੋਕਾਂ ਦੀਆਂ ਜ਼ੁਬਾਨਾਂ ਤੇ ਆਊਗਾ ਜੇ ਗਾਲਾਂ ਕੱਢ ਕੇ ਵੀ ਕਰਨਗੇ ਪਰ ਨਾਮ ਤਾਂ ਰਹੂਗਾ ਨਾ ਹੁਣ ਇਹਨਾਂ ਦੀਆਂ ਆਉਣੀਆਂ ਨੇ ਫਿਲਮਾਂ ਹੁਣ ਇਹਨਾਂ ਨੇ ਇਹ ਡਰਾਮਾ ਤਾਂ ਕ੍ਰੀਏਟ ਕਰਿਆ ਵੀ ਸਾਨੂੰ ਐ ਐਸਜੀਪੀਸੀ ਵੀ ਖਿੱਚੇ ਲੋਕ ਵੀ ਖਿੱਚਣ ਨਿਊਜ਼ ਚੈਨਲ ਵਾਲੇ ਵੀ ਖਿੱਚਣ ਸਾਰਾ ਆਮ ਲੋਕ ਵੀ ਗੱਲਾਂ ਕਰਨ ਵੀ ਸਾਰਾ ਕੁਝ ਕੀ ਹੋ ਜਾਊਗਾ ਇੱਕ ਖੇਡ ਇਕੱਠੀ ਬਣ ਜਾਊਗੀ ਸਾਨੂੰ ਸਾਡਾ ਮਕਸਦ ਹੱਲ ਹੋ ਜੂਗਾ ਕੱਲ ਨੂੰ ਅਸੀਂ ਫਿਲਮ ਅਨਾਊਂਸ ਕਰਾਂਗੇ ਤਾਂ ਲੋਕ ਦੇਖਣ ਜਾਣਗੇ ਹੁਣ ਕੀ ਕਿਹੜੀਆਂ ਫਿਲਮਾਂ ਕਰਨਗੇ ਇਹ ਕੋਈ ਧਾਰਮਿਕ ਕਾਲੀਆਂ ਜਾਂ ਕੋਈ ਐਦਾਂ ਦੀਆਂ ਰਿਲੇਟਡ ਜਾਂ ਕੋਈ ਇਤਿਹਾਸਕ ਫਿਲਮਾਂ ਇਹ ਜੀਆਂ ਆਉਣੀਆਂ ਨੇ ਤੇ ਉਹ ਬਸ ਸਿੰਪਲ ਜੀ ਗੇਮ ਆ ਇਹ ਵੀ ਜਦੋਂ ਹੁਣ ਸਾਡੀ ਬਦਨਾਮੀ ਹੋਊਗੀ ਲੋਕ ਗੁੱਸੇ ਹੋਣਗੇ ਕੱਲ ਨੂੰ ਅਸੀਂ ਕਹੋਗੇ ਜੀ ਲਓ ਜੀ ਆਹ ਫੜੋ ਅਸੀਂ ਤਾਂ ਆ ਬਣਾਤੀ ਤੁਹਾਡੀ ਧਾਰਮਿਕ ਫੈਲ ਮੈਂ ਹੁਣ ਦੇਖਣਾ ਨਹੀਂ ਵੀ ਹਾਂ ਜੀ ਜੇ ਤੁਸੀਂ ਸਾਨੂੰ ਉਹ ਚੀਜ਼ਾਂ ਨੂੰ ਗਾਲਾਂ ਕੱਢਦੇ ਹੋ ਜੀ ਐਂ ਕਰਦੇ ਹੋ ਵੀ ਆ ਲਓ ਅਸੀਂ ਤੁਹਾਡੇ ਇਮੋਸ਼ਨਲ ਨਾਲ ਖੇਡ ਲੇ ਤੇ ਆ ਪਈ ਹੈ ਬਣਾਈ ਹੋਈ ਚੀਜ਼ ਤੇ ਹੁਣ ਕਰੋ ਜੀ ਇਹਨੂੰ ਸ਼ੇਅਰ ਜਾਂ ਤੁਸੀਂ ਦੇਖਣ ਜਾਓ ਵੀ ਦੇਖਦੇ ਹਾਂ ਅਸੀਂ ਕਿੰਨਾ ਕੁ ਤੁਸੀਂ ਦੇਖਣ ਜਾਓਗੇ ਬਸ ਐਡੀ ਖੇਡ ਹੁੰਦੀ ਹੈ ਇਹ ਹੋਰ ਕੁਝ ਨਹੀਂ ਹੈ ਬਸ ਬਾਕੀ ਤੁਸੀਂ ਸਾਡੇ ਨਾਲੋਂ ਵੱਧ ਸਿਆਣੇ ਹੋ ਐਨੀ ਗੱਲ ਤੁਹਾਨੂੰ ਦੱਸਣੀ ਸੀ ਧੰਨਵਾਦ ਜੀ